ਨਾਲ ਵਿਊਅਰਸ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜਿਹਦੇ ਜੇ ਤੁਸੀਂ ਇਹ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਉੱਤੇ ਬਹੁਤ ਹੀ ਖੂਬਸੂਰਤ ਆਈਟਮਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸਭ ਤੋਂ ਪਹਿਲੀ ਮੇਰੀ ਰਿਕੁਐਸਟ ਹੈ ਕਿ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹੋ ਸਕਦਾ ਹੈ ਕਿ ਇਸ ਵੀਡੀਓ 'ਚ ਤੁਹਾਡੀ ਰਿਕੁਆਇਰਮੈਂਟ ਕੋਈ ਨਾ ਹੋਵੇ ਬਟ ਕਿਸੇ ਦੂਸਰੇ ਦੀ ਹੋ ਸਕਦੀ ਹੈ ਤਾਂ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਮੈਂ ਬੇਨਤੀ ਕਰਦੀ ਹਾਂ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਇਹ ਵੀਡੀਓਜ਼ ਦਿਖਾਇਆ ਕਰੋ ਉਹਨਾਂ ਨੂੰ ਬਾਜ਼ਾਰ ਜਿੰਨਾ ਅੱਛਾ ਲੱਗਦਾ ਜਿਵੇਂ ਬਾਜ਼ਾਰ ਜਾ ਕੇ ਆਏ ਹੋਰ ਗੱਲਾਂ ਸੋ ਸਾਡੀ ਸ਼ੋਪ ਦਾ ਜਿਹੜਾ ਐਡਰੈਸ ਹੈ ਉਹ ਹੈ ਕਲੇਅਰ ਕਲੋਥ ਹਾਊਸ ਜੌੜੀਆਂ ਸੜਕਾਂ ਨੇੜੇ ਢਿੱਲੋਂ ਹਨਵਰਡ ਪਟਿਆਲਾ ਇਸ ਸ਼ੋਪ ਦਾ ਸਾਡਾ ਟਾਈਮ ਹੈ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਅੱਜ ਜਿਹੜੀ ਤੁਹਾਨੂੰ ਪਹਿਲੀ ਆਈਟਮ ਦਿਖਾਉਣੀ ਹੈ ਉਹ ਹੈ ਔਰਗੈਂਜ਼ਾ ਦੇ ਵਿੱਚ ਕਿਤੇ ਜੀ ਅਤੇ ਉਹਦੇ ਉੱਤੇ ਬਹੁਤ ਹੀ ਪਿਆਰਾ ਜਿਹੜਾ ਹੈ ਇਹ ਕੋਟੇ ਦਾ ਕੰਮ ਹੋਇਆ ਵਿਆ ਇਹਦੇ ਵਿੱਚ ਵੀ ਫਲਾਰ ਬਣਿਆ ਹੋਇਆ ਨਾਲ ਇਹਦੇ ਵਿੱਚ ਪੇਂਟ ਹੈ ਠੀਕ ਹੈ ਜੀ ਪੱਟੀਆਂ ਬਣੀਆਂ ਹੋਈਆਂ ਪੇਂਟ ਦੀਆਂ ਨੀਚੇ ਬਾਰਡਰ 'ਤੇ ਬਣੀਆਂ ਹੋਈਆਂ ਗਲੇ ਦੇ ਉੱਤੇ ਮਿਰਰ ਵਰਕ ਹੋਇਆ ਵਿਆ ਇਹ ਕਮੀਜ਼ ਦਾ ਮਤਲਬ ਕਮੀਜ਼ ਦੀ ਫਰੰਟ ਆ ਗਿਆ ਜਿਹਦੇ 'ਚ ਦੋ ਫਲਾਰ ਬਣੇ ਹੋਏ ਆ ਇਧਰਲੇ ਪਾਸੇ ਬਾਜੂ ਆ ਗਈ ਕੱਪੜੇ ਦਾ ਫਲੋ ਤੁਹਾਨੂੰ ਦਿਖ ਹੀ ਰਿਹਾ ਲਸਟਰ ਵੀ ਦਿਖ ਰਹੀ ਹੈ ਔਰਗੈਂਜ਼ਾ ਦਾ ਸੂਟ ਹੈ ਬਹੁਤ ਸੌਫਟ ਕੱਪੜਾ ਲੱਗਿਆ ਹੋਇਆ ਔਰਗੈਂਜ਼ਾ ਦਾ ਅਤੇ ਇਹਦੇ ਨਾਲ ਜਿਹੜਾ ਹੈ ਸਿਲਕ ਦੀ ਸਲਵਾਰ ਹੈ ਕਲਰ ਤੁਹਾਨੂੰ ਕਲੀਅਰ ਆ ਰਿਹਾ ਜੀ ਕਲਰ ਤੁਹਾਨੂੰ ਥੋੜ੍ਹਾ ਜਿਹਾ ਲਾਈਟ ਦਿਖ ਰਿਹਾ ਮੈਂ ਨੀਚੇ ਇਹ ਤੁਸੀਂ ਇਹਨੂੰ ਜਦੋਂ ਲਾਈਨਿੰਗ ਲਵਾਓਗੇ ਤਾਂ ਕਿਹੜਾ ਕਲਰ ਆਊਗਾ ਦਿਖਾ ਦਿੰਦੀ ਹਾਂ ਇਹ ਵਾਲਾ ਕਲਰ ਆਊਗਾ ਜਦੋਂ ਲਾਈਨਿੰਗ ਲੱਗ ਜੂਗੀ ਇਹਦੇ ਥੱਲੇ ਤਾਂ ਸਿਲਕ ਦੀ ਸਲਵਾਰ ਹੈ ਇਹਦੇ ਨਾਲ 2.5 ਮੀਟਰ ਦੀ ਅਤੇ ਇਹਦੇ ਨਾਲ ਔਰਗੈਂਜ਼ਾ ਦਾ ਹੀ ਦੁਪੱਟਾ ਹੈ ਜਿਹਦੇ 'ਤੇ ਸੇਮ ਹੀ ਸੂਟ ਤੁਹਾਨੂੰ ਥੋੜ੍ਹਾ ਜਿਹਾ ਸ਼ਾਇਦ ਲਾਈਟ ਦਿਖ ਰਿਹਾ ਇਹਦਾ ਕਲਰ ਜਿਹੜਾ ਹੈ ਉਹ ਹੈ ਬੇਬੀ ਪਿੰਕ ਬੇਬੀ ਪਿੰਕ ਕਲਰ ਹੈ ਇਹਦਾ ਅਤੇ ਇਹਦੇ ਨਾਲ ਔਰਗੈਂਜ਼ਾ ਦਾ ਹੀ ਦੁਪੱਟਾ ਮੈਂ ਨੀਚੇ ਰੱਖਿਆ ਹੋਇਆ ਸੀ ਤਾਂ ਕਿ ਤੁਹਾਨੂੰ ਕਲਰ ਜਿਹੜਾ ਹੈ ਜ਼ਿਆਦਾ ਫਿੱਕਾ ਨਾ ਲੱਗੇ ਤਾਂ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ ਔਰਗੈਂਜ਼ਾ ਦਾ ਹੀ ਔਰ ਸੇਮ ਪੈਟਰਨ 'ਚ ਉਹਦੇ 'ਚ ਵੀ ਕੰਮ ਹੋਇਆ ਗਿਆ ਦੋ ਸਾਈਡ 'ਤੇ ਬਾਰਡਰ ਬਣਿਆ ਹੋਇਆ ਜਿਵੇਂ ਕਮੀਜ਼ 'ਤੇ ਸੀ ਫਲਾਰ ਬਣੇ ਹੋਏ ਆ ਪੰਚ ਇਹ ਦੁਪੱਟਾ ਖੁੱਲ੍ਹਾ ਡੁੱਲਾ ਇਹਦਾ ਦੋਨੋਂ ਪਾਸੇ ਜਿਹੜੇ ਹੈ ਇਹਦੇ ਬਾਰਡਰ ਬਣੇ ਹੋਏ ਆ ਅਤੇ ਪ੍ਰਾਈਸ ਰੇਂਜ ਇਹਦੀ ਹੈ 2100 ਰੁਪਈਆ 2100 ਰੁਪਈਏ 'ਚ ਇਹ ਸੂਟ ਅਸੀਂ ਵਿਦ ਸ਼ਿਪਿੰਗ ਤੁਹਾਨੂੰ ਦੇਣਾ ਹੈ ਠੀਕ ਹੈ ਜੀ ਇਹ 'ਚ ਤੁਹਾਨੂੰ ਅਸੀਂ 4 ਕਲਰ ਦੇਵਾਂਗੇ ਸ਼ਿਪਿੰਗ ਪੰਜਾਬ ਦੇ ਵਿੱਚ ਹੁੰਦੀ ਹੈ ਸਾਡੀ ਬਾਹਰਲੀ ਸਟੇਟ 'ਚ ਸਾਡੀ ਸ਼ਿਪਿੰਗ ਨਹੀਂ ਹੁੰਦੀ ਕਸਟਮਰ ਦੀ ਹੁੰਦੀ ਹੈ ਠੀਕ ਅਗਲਾ ਜਿਹੜਾ ਤੁਹਾਨੂੰ ਇਹਦੇ 'ਚ ਸੂਟ ਦੇਣਾ ਅਸੀਂ ਉਹਦਾ ਕਲਰ ਹੈ ਪੈਰਟ ਗ੍ਰੀਨ ਕਲਰ ਹੈ ਨੀਚੇ ਇਹਦੇ ਸ਼ਾਇਦ ਮੈਂ ਤੁਹਾਨੂੰ ਰੱਖ ਕੇ ਦਿਖਾ ਦਿੰਦੀ ਹਾਂ ਇਹ ਕਲਰ ਪਿਸਤਾ ਗ੍ਰੀਨਿਸ਼ ਪਿਸਤਾ ਜਿਹਾ ਕਲਰ ਹੈ ਤੁਹਾਨੂੰ ਜਿਹੜਾ ਦਿਖ ਰਿਹਾ ਇਹ ਇਹੀ ਜਿਹੀ ਹੈ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਪਿਸਤਾ ਜਿਹਾ ਕਲਰ ਹੈ ਅਤੇ ਇਹਦੇ ਵਿੱਚ ਸਿਲਕ ਦੀ 2.5 ਮੀਟਰ ਦੀ ਸਲਵਾਰ ਹੋਊਗੀ ਠੀਕ ਹੈ ਕਲਰ ਸੇਮ ਆ ਰਿਹਾ ਜੀ ਕਲਰ ਤੁਹਾਨੂੰ ਸੇਮ ਹੀ ਦਿਖ ਰਿਹਾ ਦੁਪੱਟਾ ਇਹਦਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕੱਪੜੇ ਦਾ ਫਲੋ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਹੈ ਔਰਗੈਂਜ਼ਾ ਹੈ ਉਹ ਬਹੁਤ ਵਧੀਆ ਲੱਗਿਆ ਹੋਇਆ ਅਤੇ ਇਹਦਾ ਤੁਹਾਨੂੰ ਮੈਂ ਦੁਪੱਟਾ ਵੀ ਖੋਲ੍ਹ ਕੇ ਦਿਖਾ ਦਿੰਦੀ ਹਾਂ ਕਿਉਂਕਿ ਦੁਪੱਟਾ ਖੁੱਲ੍ਹੇ ਬਿਨਾਂ ਸੂਟ ਦਾ ਪੂਰੀ ਤਰ੍ਹਾਂ ਲੁੱਕ ਆਉਂਦੀ ਨਹੀਂ ਇਹ ਦੁਪੱਟਾ ਹੋਊਗਾ ਔਰਗੈਂਜ਼ਾ ਦਾ ਬੜਾ ਸੋਹਣਾ ਗਰਲਿਸ਼ ਜਿਹਾ ਸੂਟ ਹੈ ਹਾਂ ਇਹ ਖੁੱਲ੍ਹਾ ਵੱਡੇ ਵਰ ਦਾ ਐਨ ਖੁੱਲ੍ਹੇ ਵਰ ਦਾ ਦੁਪੱਟਾ ਹੈ ਬਹੁਤ ਸੋਹਣਾ ਅਤੇ ਕਲਰ ਤੁਹਾਨੂੰ ਜਿਹੜਾ ਇਸ 'ਚ ਦਿਖ ਰਿਹਾ ਉਹੀ ਕਲਰ ਠੀਕ ਹੈ ਜੀ ਇਹਦੇ ਨਾਲ ਇੱਕ ਸੁਜੈਸ਼ਨ ਹੋਰ ਹੈ ਕਿ ਇਹ ਸੂਟ ਦੇ ਤੁਸੀਂ ਜਿਹੜੇ ਔਰਗੈਂਜ਼ਾ ਦੇ ਹੁੰਦੇ ਆ ਇਹਨਾਂ ਦੇ ਜਿਹੜੀ ਤੁਸੀਂ ਲਾਈਨਿੰਗ ਲਵਾਉਣੀ ਹੈ ਉਹ ਹਮੇਸ਼ਾ ਟਾਫਟੇ ਦੀ ਲਵਾਉਣੀ ਹੈ ਉਹਦੇ ਨਾਲ ਫਿਰ ਜ਼ਿਆਦਾ ਗੇਟਾ ਪਾਉਂਦੀ ਹੈ ਕਿਉਂਕਿ ਨੀਚੇ ਆਉਂਦੀ ਹਲਕੀ ਲਸਟਰ ਦਿਖਦੀ ਹੁੰਦੀ ਟਰਾਂਸਪੇਰੈਂਟ ਹੋਣ ਕਰਕੇ ਸੂਟ ਅਗਲਾ ਜਿਹੜਾ ਕਲਰ ਹੈ ਉਹ ਹੈ ਲਾਈਟ ਫਿਰੋਜ਼ੀ ਇਹਦੀ ਵੀ ਮੈਂ ਤੁਹਾਨੂੰ ਸਲਵਾਰ ਦਾ ਪੀਸ ਨੀਚੇ ਰੱਖ ਕੇ ਦਿਖਾ ਦਿੰਦੀ ਹਾਂ ਕਲਰ ਠੀਕ ਦਿਖ ਰਿਹਾ ਜੀ ਇਹਦਾ ਹਾਂਜੀ ਜਿਹੜਾ ਰੰਗ ਤੁਹਾਨੂੰ ਦਿਖ ਰਿਹਾ ਹੈ ਆਲਮੋਸਟ ਇਹੋ ਜਿਹਾ ਹੀ ਕਲਰ ਹੈ ਇਹਦਾ ਮੈਂ ਨੀਚੇ ਰੱਖ ਕੇ ਤਾਂ ਦਿਖਾਉਣੀ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਜਾਏ ਕਿ ਇੱਦਾਂ ਦੀ ਲੁੱਕ ਆਊਗੀ ਸ਼ਰਟ ਦੀ ਇਹ ਲੁੱਕ ਆਉਣੀ ਹੈ ਜੀ ਆਹ ਕਲਰ ਆਊਗਾ ਸ਼ਰਟ ਦਾ ਠੀਕ ਹੈ ਸਕਾਈ ਬਲੂ ਟਾਈਪ ਠੀਕ ਹੈ ਰੋਜ਼ੀ ਵੀ ਮੂੰਹ ਚੜ ਕੇ ਵੀ ਸਕਾਈ ਬਲੂ ਟਾਈਪ ਕਲਰ ਦਾ ਬੜਾ ਡਿਫਰੈਂਟ ਜਿਹਾ ਕਲਰ ਹੈ ਇਹ ਤੁਹਾਡੀ ਗੇਟਾ ਪਾਉਣੀ ਹੈ ਸੂਟ ਦੀ
ਤੇ ਇਹਦੇ ਇਹਦੀ ਬਾਜੂ ਹੋ ਗਈ ਸਾਈਡ ਤੇ ਤੇ ਇਹਦੀ ਸਲਵਾਰ ਦਾ ਪੀਸ ਹੋ ਗਿਆ ਸਿਲਕ ਦਾ ਤੇ ਇਹਦੇ ਨਾਲ ਇਹ ਦੁਪੱਟਾ ਜਿਹਦੇ ਚ ਸੇਮ ਕਮੀਜ਼ ਦੇ ਨਾਲ ਦਾ ਵਰਕ ਹੋਇਆ ਹੋਇਆ ਦੋ ਫਲਾਰ ਇੱਧਰ ਹੈ ਇੱਕ ਸੈਂਟਰ 'ਚ ਹੈ ਅਤੇ ਦੋ ਇੱਧਰ ਹੈ ਠੀਕ ਹੈ ਜੀ ਪ੍ਰਾਈਸ ਰੇਂਜ ਫਿਰ ਰਿਪੀਟ ਕਰਦਾ 2100 ਰੁਪਈਆ ਵਿਦ ਸ਼ਿਪਿੰਗ ਪੰਜਾਬ ਦੇ ਵਿੱਚ ਸ਼ਿਪਿੰਗ ਸਾਡੀ ਰਹੂਗੀ 2100 ਰੁਪਏ ਦੇ ਵਿੱਚ ਇਹ ਸੂਟ ਅਸੀਂ ਤੁਹਾਨੂੰ ਦੇਵਾਂ ਅਗਲਾ ਹੈ ਕ੍ਰੀਮਿਸ਼ ਟੂ ਯੈਲੋ ਹੈ ਨਾ ਬਹੁਤ ਹੀ ਪਿਆਰਾ ਕਲਰ ਹੈ ਸੇਮ ਦਿਖ ਰਿਹਾ ਜੀ ਦੇਖਿਓ ਜ਼ਰਾ ਕੈਮਰੇ 'ਚ ਸੇਮ ਹੀ ਦਿਖ ਰਿਹਾ ਆਲਮੋਸਟ ਤੁਹਾਨੂੰ ਸੇਮ ਕਲਰ ਦਿਖ ਰਿਹਾ ਜਿਹੜਾ ਅਸੀਂ ਇੱਥੇ ਤੁਹਾਨੂੰ ਦਿਖਾਇਆ ਆ ਲਓ ਜੀ ਇਹਦੀ ਮੈਂ ਤੁਹਾਨੂੰ ਇਹਦੇ ਥੱਲੇ ਹੀ ਰੱਖ ਕੇ ਦਿਖਾ ਦਿੰਦੀ ਹਾਂ ਇਹਦੇ ਵਿੱਚ ਤੁਹਾਨੂੰ ਕਲਰ ਆਲਮੋਸਟ ਸੇਮ ਹਾਂ ਕਲਰ ਤੁਹਾਨੂੰ ਆਲਮੋਸਟ ਸੇਮ ਹੀ ਦਿਖ ਰਿਹਾ ਅਤੇ ਸਿਲਕ ਦੀ ਇਹਦੇ ਨਾਲ ਸਲਵਾਰ ਹੋਊਗੀ ਮਿਰਰ ਵਰਕ ਹੈ ਉੱਪਰ ਪ੍ਰਾਈਸ ਇਹਦਾ 2100 ਰੁਪਈਆ ਵਿਦ ਸ਼ਿਪਿੰਗ ਸ਼ਿਪਿੰਗ ਵੀ ਅਸੀਂ ਦੇਵਾਂਗੇ ਪੰਜਾਬ 'ਚ ਠੀਕ ਹੈ ਜੀ ਅਤੇ ਇਹ ਇਹਦਾ ਦੁਪੱਟਾ ਹੋਊਗਾ ਜਿਹੜਾ ਕਿ ਔਰਗੈਂਜ਼ਾ ਦਾ ਹੀ ਹੈ ਦੁਪੱਟਾ ਵੀ ਔਰਗੈਂਜ਼ਾ ਦਾ ਹੈ ਅਤੇ ਜਿਹੜਾ ਕਮੀਜ਼ ਹੈ ਉਹ ਵੀ ਔਰਗੈਂਜ਼ਾ ਦਾ ਹੈ ਅਤੇ ਸਲਵਾਰ ਇਹਦੀ ਸਿਲਕ ਠੀਕ 2100 ਰੁਪਏ ਦੇ ਵਿੱਚ ਵਿਦ ਸ਼ਿਪਿੰਗ ਇਹ ਸੂਟ ਅਸੀਂ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਇਸਨੇ ਗੋਲਡਨ ਇਹ ਗੋਲਡਨ ਟੋਪਸ ਨੇ ਅਤੇ ਨਾਲ ਜਰੀ ਦੀ ਬੂਟੀ ਹੈ ਦੇਖੋ ਪੂਰਾ ਭਰਿਆ ਹੋਇਆ ਕਮੀਜ਼ ਜਰੀ ਦੀ ਬੂਟੀ ਨਾਲ ਨੀਚੇ ਹੈਵੀ ਬਾਰਡਰ ਬਣਿਆ ਹੋਇਆ ਅਤੇ ਇਹਦੇ ਬਾਜੂ ਅਤੇ ਬੋਟਮ ਦੋਨਾਂ ਦੇ ਉੱਤੇ ਵਰਕ ਹੈ ਇਹ ਬਾਜੂ 'ਤੇ ਆ ਗਿਆ ਵਰਕ ਦੋਨੋਂ ਬਾਜੂ ਦੇ ਉੱਤੇ ਠੀਕ ਹੈ ਜੀ ਅਤੇ ਇਹ ਆ ਗਿਆ ਸਲਵਾਰ ਦੇ ਉੱਤੇ ਇਹਦੇ ਵਿੱਚ ਵੀ ਟੋਪ ਪਲੇਟਸ ਹੈਗੇ ਨੇ ਬਣੇ ਵੇ ਗੋਲਡਨ ਕਲਰ ਪ੍ਰੋਪਰ ਯੈਲੋ ਕਲਰ ਜਿਵੇਂ ਆਪਾਂ ਹਲਦੀ ਦੇ ਫੰਕਸ਼ਨ ਲਈ ਜਿਸ ਤਰ੍ਹਾਂ ਦੇ ਕਲਰ ਯੂਜ਼ ਕਰਦੇ ਪਾਉਂਦੇ ਹਾਂ ਆਪਾਂ ਉਹ ਵਾਲਾ ਕਲਰ ਹੈ ਇਹ ਪ੍ਰੋਪਰ ਯੈਲੋ ਕਲਰ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਸੂਟ ਬਣਨਾ ਹੈ ਨਾਲ ਇਹਦੇ ਚਨੌਨ ਦਾ ਦੁਪੱਟਾ ਜਿਹਦੇ ਫੋਰ ਸਾਈਡ ਵਰਕ ਹੋਇਆ ਹੋਇਆ ਦੇਖੋ ਤੁਸੀਂ ਚਨੌਨ ਦਾ ਦੁਪੱਟਾ ਹੈ ਬਹੁਤ ਸੋਹਣਾ ਲਸਟਰ ਆ ਰਹੀ ਹੈ ਜੀ ਇਹਦੇ ਵਿੱਚ ਹਾਂ ਅਤੇ ਫੋਰ ਸਾਈਡ ਸੋਰੀ ਟੂ ਸਾਈਡਸ ਦੇ ਉੱਤੇ ਇਹਦੇ ਬੇਲ ਬਣੀ ਵੀ ਹੈ ਜਿਹੜੀ ਨੀਚੇ ਉਹਦੇ ਬਾਰਡਰ 'ਤੇ ਬਣੀ ਹੈ ਅਤੇ ਵਿੱਚ ਇਹਦੀ ਬੂਟੀ ਬਣੀ ਹੋਈ ਹੈ ਸਾਰੇ ਪਾਸੇ ਅਤੇ ਬਹੁਤ ਖੂਬਸੂਰਤ ਲੁੱਕ ਦੇ ਰਿਹਾ ਸੂਟ ਅਤੇ ਆਪਣੀ ਆਦਤ ਦੇ ਮੁਤਾਬਕ ਮੈਂ ਲੈ ਕੇ ਦਿਖਾ ਦਿੰਦੀ ਹਾਂ ਤੁਹਾਨੂੰ ਇਹ ਕਿੰਨੀ ਸੋਹਣੀ ਲੁੱਕ ਦਊਗਾ ਲਓ ਜੀ ਬਹੁਤ ਖੂਬਸੂਰਤ ਸੂਟ ਹੈ ਪ੍ਰਾਈਸ ਰੇਂਜ ਇਹਦੀ 1700 ਰੁਪਇਆ 1700 ਦੇ ਵਿੱਚ ਇਹ ਸੂਟ ਅਸੀਂ ਵਿਦ ਸ਼ਿਪਿੰਗ ਤੁਹਾਨੂੰ ਦੇਣਾ 1700 ਰੁਪਏ ਦੇ ਵਿੱਚ ਉਪਾੜਾ ਸਿਲਕ ਦਾ ਸੂਟ ਹੈ ਚਨੌਨ ਦਾ ਦੁਪੱਟਾ ਹੈ ਠੀਕ ਅਤੇ ਸਲਵਾਰ ਦੇ ਉੱਤੇ ਅਤੇ ਬਾਜੂ ਦੇ ਉੱਤੇ ਵੀ ਵਰਕ ਤੁਹਾਨੂੰ ਮੈਂ ਦਿਖਾਤਾ ਅਗਲਾ ਸੂਟ ਇਹਦੇ ਵਿੱਚ ਸੇਮ ਇਸੇ ਦੇ ਵਿੱਚ ਕਲਰ ਇਹ ਸਾਰੇ ਕਲਰ ਬਹੁਤ ਸੋਹਣੇ ਹੈ ਇਹ ਕਲਰ ਹੈ ਜੀ ਰਾਣੀ ਸ਼ੇਡ ਹਾਂਜੀ ਪ੍ਰੋਪਰ ਰਾਣੀ ਸ਼ੇਡ ਕਲਰ ਹੈ ਜੀ ਇਹਦਾ ਪ੍ਰੋਪਰ ਰਾਣੀ ਠੀਕ ਹੈ ਬਹੁਤ ਹੀ ਖੂਬਸੂਰਤ ਰਿਚ ਲੁਕਿੰਗ ਸੂਟ ਹੈ ਬਾਰਡਰ ਦੇ ਉੱਤੇ ਵਰਕ ਹੈ ਅਤੇ ਫਿਰ ਬਾਹਾਂ ਦੇ ਉੱਤੇ ਅਤੇ ਇਹ ਸਲਵਾਰ 'ਤੇ ਆਉਣਾ ਹੈ ਇਹ ਬਾਜੂ ਦੇ ਉੱਤੇ ਆਉਣਾ ਹੈ ਟੇਬਲ ਵਰਕ ਇਹ ਸਲਵਾਰ 'ਤੇ ਆਉਣਾ ਹੈ ਠੀਕ ਹੈ ਅਤੇ ਉੱਪਰ ਤੱਕ ਬੂਟੀ ਨਾਲ ਭਰਿਆ ਹੋਇਆ ਜਰੀ ਵਰਕ ਹੈ ਨੀਚੇ ਬਾਰਡਰ 'ਤੇ ਵੀ ਜਰੀ ਵਰਕ ਹੈ ਵਿਦ ਥਰੈਡ ਵਰਕ ਅਤੇ ਇਹ ਇਹਦਾ ਰਾਣੀ ਸ਼ੇਡ ਦਾ ਚਨੌਨ ਦਾ ਦੁਪੱਟਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੈ ਇਹਦੀ 1700 ਰੁਪਏ ਦੇ ਵਿੱਚ ਵਿਦ ਸ਼ਿਪਿੰਗ ਇਹ ਸੂਟ ਤੁਹਾਡੇ ਘਰ ਪਹੁੰਚ ਜੂਗਾ ਹਲੋ ਜੀ ਠੀਕ ਹੈ ਚਨੌਨ ਦਾ ਦੁਪੱਟਾ ਦੋਨੋਂ ਸਾਈਡ 'ਤੇ ਬਾਰਡਰ ਬਣਿਆ ਹੋਇਆ ਵਧੀਆ ਖੂਬਸੂਰਤ ਠੀਕ ਵਿੱਚ ਬੂਟੀ ਬਣੀ ਹੋਈ ਹੈ ਅਤੇ 1700 ਰੁਪਏ ਦੇ ਵਿੱਚ ਤੁਸੀਂ ਸ਼ਿਪਿੰਗ ਕੋਈ ਨਹੀਂ ਦੇਣੀ ਸ਼ਿਪਿੰਗ ਅਸੀਂ ਦੇਣੀ ਹੈ ਚਾਹੇ ਤੁਸੀਂ ਪਿੰਡ 'ਚ ਰਹਿੰਦੇ ਹੋ ਚਾਹੇ ਸ਼ਹਿਰ 'ਚ ਰਹਿੰਦੇ ਹੋ ਅਸੀਂ ਇਹਦੀ ਸ਼ਿਪਿੰਗ ਤੁਹਾਡੇ ਨਾਲ ਕਰਾਵਾਂਗੇ ਸਿਰਫ ਪੰਜਾਬ ਦੇ ਵਿੱਚ ਸਾਡੀ ਸ਼ਿਪਿੰਗ ਫ੍ਰੀ ਹੋਊਗੀ ਇਹ ਪਲੀਜ਼ ਨੋਟ ਰੱਖਿਆ ਕਰੋ ਬਾਕੀ ਕਿਸੇ ਵੀ ਸਟੇਟ ਦੇ ਵਿੱਚ ਸਾਡੀ ਸ਼ਿਪਿੰਗ ਫ੍ਰੀ ਨਹੀਂ ਹੁੰਦੀ ਅਗਲਾ ਕਲਰ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਮੈਚਿੰਗ ਨਹੀਂ ਹੈ ਇਹ 5 ਮੀਟਰ ਰਨਿੰਗ ਦੇ ਵਿੱਚ ਉਹ ਤੁਸੀਂ ਦੇਖ ਹੀ ਲਿਆ ਸਲਵਾਰ 'ਤੇ ਮੈਂ ਵਰਕ ਦਿਖਾਇਆ ਤੁਹਾਨੂੰ ਠੀਕ ਹੈ ਉਹ ਪਾੜਾ ਸਿਲਕ ਦਾ ਸੂਟ ਹੋਊਗਾ ਪੂਰਾ ਉੱਪਰ ਤੱਕ ਬੂਟੀਆਂ ਨਾਲ ਭਰਿਆ ਹੋਇਆ ਇਹਦੇ ਵੀ ਉਵੇਂ ਹੀ ਕਿਉਂਕਿ ਉਹਦਾ ਹੀ ਦੂਸਰਾ ਕਲਰ ਹੈ ਇਹ ਕਲਰ ਠੀਕ ਆ ਰਿਹਾ ਜੀ ਕਲਰ ਤੁਹਾਨੂੰ ਆਲਮੋਸਟ ਸੇਮ ਹੀ ਦਿਖ ਰਿਹਾ ਇਹਦੇ 'ਚ ਬਹੁਤ ਸੋਹਣਾ ਕਲਰ ਹੈ ਇਹ ਬਹੁਤ ਡਿਫਰੈਂਟ ਇਹਦਾ
नीचे की बाजू है तो आज सलवार का वर्क है ठीक। 5 मीटर रनिंग सूट होगा, कलर थोड़ू दिख ही रहा भी कहड़ा कलर है कैमरे से उही कलर होगा दुपट्टा ठीक है। नैक्सट फोर्थ कलर बहुत सोहना कलर है, इन्हों की कहने जी आप कलर सिल्क दे विच कपाड़ा सिल्क का सूट है हल्का पैरट ठीक है। कैमरे के एक नंबर डार्क दिख रहा है, इस तो थोड़ा जहा लाइट है जो कैमरे से दिख रहा उस तो यह हल्का जहा घट है। तो दुपट्टा खोल दी शायद दुपट्टे रिफ्लैक्शन ना ठीक पवे ठीक है। बूटियां जरी दी बूटियां बनिया हुई उपर सलवार तो ये वर्क है, मैं थोड़ा दिखा दा क्योंकि कई भैन साड़ियाँ स्किप करके भी वेख लेंदियाँ वीडियोज़ तो यद भी ये जी सलवार है तो नीचे यदि बाजू वर्क है ठीक है। वह पाड़ा सिल्क का सूट है बहुत सोहना कपड़ा लगे हुआ नीचे तो यदा चनौन का दुपट्टा है, मैं दुपट्टा खोल के दिखा दी थी चनौन का दुपट्टा ठीक है। तो बहुत सोहनी बुक आनी है सूट की बन के, दिस इज द फाइनल लुक। ये प्राइस रेंज 1700 रुपया विद शिपिंग, चाहे पिंड चो चाहे शहर चो असी ये सूट छोटे घर तक पहुँचा जोड़ा हूँ इस वक्त तुम्हें तो कलर दिख रहा है ऑलमोस्ट ओह जहा ठीक है। जोड़ा स्क्रीन पर थोड़ा तो हूँ कलर दिख रहा है ये ऑलमोस्ट ओह जहा कलर है, मतलब हल्का पैरेट है ठीक है जी, हल्का पैरेट कलर है वह प्यारा चनौन का दुपट्टा है कपाड़ा सिल्क का सूट है 5 मीटर रनिंग 1700 रुपया प्राइस है, शिपिंग साड़ी है। एड्रैस चाहे पिंड का हो चाहे शहर का पंजाब दे विच सारी शिपिंग असी देवे। हाँ ये सी साड़ी अज की कलैक्शन, उम्मीद है भी थोड़ा पसंद आऊगी, अपने व्यूज जरूर दया करो, बहुत अच्छा लगता थोड़ी फोनस आते हैं थोड़ी मैसेजेस आते हैं है ना, तो वंस अगेन अपने बजुर्गों जरूर दिखाया करो, बजुर्गों का ख्याल रखो, धियां भैनों का मान उदाओ, जीवन वसते रहो, चढ़ती कला से अगली वीडियो बहुत छेटी मिलेगी।